ਤੁਹਾਨੂੰ ਪਤਾ ਲੱਗਾ ਹੋਵੇਗਾ ਕਿ ਬੜੇ ਪਿਆਰੇ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਮੇਰੇ ਨਾਲ 2 ਮਹੀਨੇ 5-6 ਦਿਨ ਜਾਂ 1 ਹਫ਼ਤਾ ਸੇਵਾ ਕੀਤੀ, ਨਾਲ ਬੈਠ ਕੇ ਅਚਾਨਕ ਉਹ ਸਾਨੂੰ ਵਿਛੋੜਾ ਦੇ ਗਏ। ਬਹੁਤ ਸਾਰੇ ਕੀਰਤਨੀਏ ਐਸੇ ਨੇ ਅੱਜ ਵੀ ਜਿਹੜੇ 24 ਘੰਟੇ ਗੁਰੂ ਘਰਾਂ ਵਿੱਚ ਸੇਵਾਵਾਂ ਕਰਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ। ਪ੍ਰਬੰਧਕ ਕਈ ਵਾਰੀ ਹਫ਼ਤੇ ਬਾਅਦ ਵੀ ਆਉਂਦੇ ਨੇ, ਪਰ ਗੁਰੂ ਦੇ ਵਜ਼ੀਰ, ਮੈਂ ਆਮ ਕੀਰਤਨੀਆਂ ਦੀ ਗੱਲ ਕਰਦਾ ਉਹੀ 24 ਘੰਟੇ ਗੁਰੂ ਘਰ ਨੂੰ ਸੰਭਾਲਦੇ ਨੇ, ਪਰ ਉਹਨਾਂ ਦੀ ਰਿਹਾਇਸ਼ ਦੇਖੀ ਜਾਏ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇਖੀ ਜਾਏ ਜਾਂ ਉਹਨਾਂ ਦੀ ਤਨਖਾਹ ਵੇਖੀ ਜਾਏ ਤਾਂ ਸ਼ਰਮ ਆਉਂਦੀ ਹੈ। ਮੈਂ ਬੇਨਤੀ ਕਰਾਂਗਾ ਕਿ ਹੁਣ ਤਾਂ ਦੁਨੀਆ ਚੰਦਰਮਾ 'ਤੇ ਪਹੁੰਚ ਗਈ, ਪਰ ਅਸੀਂ ਕਿੱਥੇ ਖਲੋਤੇ ਹੋਏ ਹਾਂ? ਵੱਡੇ ਵੱਡੇ ਖਰਚੇ ਅਸੀਂ ਕਰਦੇ ਹਾਂ, ਮੈਂ ਆਪਣੇ ਵਾਸਤੇ ਨਹੀਂ, ਆਮ ਜਿਹੜੇ ਕੀਰਤਨੀਏ ਉਹ ਅੱਜ ਵੀ 250 ਪੇਟਾ ਲੈਂਦੇ ਨੇ, ਮਜ਼ਦੂਰ ਦੀ ਵੀ 500-700 ਦਿਹਾੜੀ ਹੋ ਗਈ। ਮੈਂ ਹੈਰਾਨ ਹੋ ਗਿਆ, ਇੱਕ ਫੇਸਬੁੱਕ 'ਤੇ ਪਰਚੀ ਆਈ 10 ਰੁਪਏ ਕੀਰਤਨੀਏ ਨੂੰ ਹੋਏ ਅਤੇ ਅੱਧ ਲੈ ਲਿਆ ਉਹਦੇ ਕੋਲੋਂ, 5 ਰੁਪਏ ਗੁਰਦੁਆਰੇ ਨੂੰ ਅਤੇ 5 ਰੁਪਏ ਉਹਦੇ ਹਿੱਸੇ ਆਏ ਨੇ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬਹੁਤੀ ਮਾਇਆ ਦਿਓ। ਅਸੀਂ ਕੋਈ ਸਿੰਗਰ ਬੁਲਾਉਣਾ ਹੋਵੇ, ਕੋਈ ਗਾਇਕ ਬੁਲਾਉਣਾ ਹੋਵੇ ਜਾਂ ਵਿਆਹ ਕਰਨਾ ਹੋਵੇ, ਕਦੇ ਵੀ ਨਹੀਂ ਸੋਚਦੇ ਅਸੀਂ ਕਿ ਗੋਲਡ ਮਹਿੰਗਾ ਹੋ ਗਿਆ, ਸੋਨਾ ਮਹਿੰਗਾ ਹੋ ਗਿਆ, ਅਸੀਂ ਨਹੀਂ ਲੈ ਸਕਦੇ। ਜਿੰਨਾ ਮਰਜ਼ੀ ਸੋਨਾ ਮਹਿੰਗਾ ਹੋ ਜਾਏ ਪਰ ਅਸੀਂ ਫਿਰ ਵੀ ਖਰੀਦਦੇ ਹਾਂ। ਕਹਿਣ ਨੂੰ ਵਸੇ ਗੱਲਾਂ ਨੇ ਕੀਰਤਨ ਨਿਰਮੋਲ ਕੀ, ਐਸਾ ਨਾ ਹੋਵੇ ਗੱਲਾਂ ਵਿੱਚ। ਇਹ ਬਹੁਤ ਵੱਡੀ ਸੇਵਾ ਹੈ। ਮਹਾਂਪੁਰਸ਼ਾਂ ਦੇ ਬਚਨ ਨੇ ਭਾਈ, ਕੀਰਤਨੀਆਂ ਦਾ ਜਿਹੜਾ ਸਤਿਕਾਰ ਕਰੇਗਾ ਨਾ, ਪਿਆਰ ਕਰੇਗਾ, ਉਹਦੇ ਘਰ ਨੂੰ 1000 ਗੁਣਾ ਭਾਗ ਲੱਗਣਗੇ। ਤੁਸੀਂ ਇਹ ਨਾ ਵੇਖੋ ਕੀਰਤਨੀਆਂ ਵਿੱਚ ਕੀ ਕਮੀ ਹੈ, ਤੁਸੀਂ ਵੇਖੋ 24 ਘੰਟੇ ਰਾਤ ਦਿਨ ਇਹ ਗਰੀਬ ਕੀਰਤਨੀਏ ਗੁਰੂ ਦੀ ਸੇਵਾ ਕਰਦੇ ਨੇ। ਭਾਂਡੇ ਵੀ ਮਾਂਜਣੇ ਪੈਂਦੇ, ਕਈ ਜਗ੍ਹਾ ਸੇਵਾ ਵੀ ਕਰਨੀ ਪੈਂਦੀ। ਕੋਈ ਧਰਮ ਐਸਾ ਨਹੀਂ ਜਿਨ੍ਹਾਂ ਦੇ ਵਜ਼ੀਰ ਜਾਂ ਗ੍ਰੰਥੀ ਜਾਂ ਕੀਰਤਨੀਏ ਛੋਟੀਆਂ ਛੋਟੀਆਂ ਭੇਟਾਂ 'ਤੇ ਸੇਵਾ ਕਰਦੇ ਹਨ। ਇਹ ਕੋਈ ਤਰਕਬਾਜ਼ੀ ਜਾਂ ਗਲਤ ਪਾਸੇ ਨਾ ਲੈ ਜਾਣਾ, ਸ਼ਾਇਦ ਭਾਈ ਇੰਦਰਜੀਤ ਸਿੰਘ ਜੀ ਦਾ ਚਲਾਣਾ ਅਸਲੀ ਸ਼ਰਧਾਂਜਲੀ ਹੋਵੇਗੀ ਜੀ। ਅਸੀਂ ਰੁਲਦੇ ਹੋਏ ਕੀਰਤਨੀਆਂ ਨੂੰ ਵੀ ਸੰਭਾਲ ਲਈਏ। ਬਹੁਤ ਕੀਰਤਨੀਏ ਤੁਸੀਂ ਸੁਣਦੇ ਹੋ ਨਾ, ਵੱਡੇ ਵੱਡੇ ਸਿੰਗਰ, ਮੈਂ ਨਾਮ ਨਹੀਂ ਲਵਾਂਗਾ, ਅੱਜ ਵੀ 10-15 ਸਿੰਗਰ ਐਸੇ ਨੇ ਜਿਹੜੇ ਕੀਰਤਨ ਛੱਡ ਕੇ ਨਾਮਵਰ ਗਾਇਕ ਬਣੇ ਹੋਏ ਨੇ, ਔਰ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਜਾਣਦੇ ਹੋ। ਵੱਡੇ ਵੱਡੇ ਸਿੰਗਰ ਜਿਨ੍ਹਾਂ ਵਿੱਚ ਸਾਡੇ ਸਰਦੂਲ ਸਿਕੰਦਰ ਜੀ, ਦਲੇਰ ਮਹਿੰਦੀ, ਗੁਰਸੇਵਕ ਮਾਨ, ਹਰਭਜਨ ਮਾਨ, ਇਹ ਸਾਰੇ ਕਵੀਸ਼ਰ ਸਨ। ਕੋਈ ਜ਼ਮਾਨਾ ਸੀ ਇਹਨਾਂ ਦੀ ਸ਼ੁਰੂਆਤ ਕੀਰਤਨ ਤੋਂ ਹੋਈ ਸੀ, ਪਰ ਕਿਉਂ ਕੀਰਤਨ ਛੱਡ ਕੇ ਚਲੇ ਗਏ ਇਹ ਸਾਨੂੰ ਸੋਚਣਾ ਪਵੇਗਾ। ਅਸੀਂ ਛੋਟੀ ਨਿਗਾਹ ਨਾਲ ਕੀਰਤਨੀਏ ਨੂੰ ਜਾਂ ਗੁਰੂ ਦੇ ਗ੍ਰੰਥੀ ਨੂੰ, ਵਜ਼ੀਰ ਨੂੰ ਨਾ ਦੇਖੀਏ। ਇਹਨਾਂ ਦੀ ਬਹੁਤ ਵੱਡੀ ਜਗ੍ਹਾ ਹੈ, ਬਾਬਾ ਬੁੱਢਾ ਸਾਹਿਬ ਵਾਲੀ ਜਗ੍ਹਾ ਹੈ ਵਜ਼ੀਰ ਸਾਹਿਬ ਦੀ, ਅਤੇ ਕੀਰਤਨੀਆਂ ਨੂੰ ਗੁਰੂ ਸਾਹਿਬ ਨੇ ਆਪਣੀ ਗੋਦ ਵਿੱਚ ਬਿਠਾਇਆ। ਉਹਨਾਂ ਦੇ ਬੱਚੇ ਚੰਗੇ ਸਕੂਲਾਂ ਵਿੱਚ ਨਾ ਪੜ੍ਹਨ ਤਾਂ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ। ਹੋ ਸਕਦਾ ਹੈ ਕੋਈ ਕੀਰਤਨੀਆਂ ਆਪਣੇ ਬੱਚੇ ਨੂੰ ਕੀਰਤਨੀਆਂ ਨਾ ਬਣਾਵੇ। ਸੋ ਇਹ ਭਾਈ ਇੰਦਰਜੀਤ ਸਿੰਘ ਜੀ ਦਾ ਪਰਿਵਾਰ, ਮੈਂ ਕੱਲ੍ਹ ਵੀ ਉਹਨਾਂ ਨੂੰ ਮਿਲ ਕੇ ਆਇਆ, ਛੋਟੀ ਛੋਟੀ ਬੱਚੀਆਂ, ਮੇਰੇ ਖਿਆਲ 3-3 ਸਾਲ ਦੀ, 1 3 ਸਾਲ ਦੀ ਸ਼ਾਇਦ, 1 4 ਸਾਲ ਦੀ, ਅਤੇ ਮੈਂ ਕਿਹਾ ਪਾਪਾ ਕਿੱਥੇ ਨੇ? ਉਹ ਹਾਲੇ ਵੀ ਸੋਚਦੀਆਂ ਨੇ ਮੇਰਾ ਪਾਪਾ ਕੀਰਤਨ 'ਤੇ ਗਿਆ ਹੋਇਆ, ਅੱਜ ਨਹੀਂ ਤਾਂ ਕੱਲ੍ਹ ਆਏਗਾ। ਉਹਨਾਂ ਨੂੰ ਪਤਾ ਹੀ ਨਹੀਂ। ਭਾਈ ਇੰਦਰਜੀਤ ਸਿੰਘ ਜੀ ਦੀਆਂ ਬੱਚੀਆਂ ਨੂੰ ਮੈਂ ਕੱਲ੍ਹ ਵੀ ਮਿਲ ਕੇ ਆਇਆ, ਥੋੜ੍ਹੇ ਦਿਨ ਪਹਿਲਾਂ ਵੀ ਮਿਲ ਕੇ ਆਇਆ। ਉਹ ਇਸ ਇੰਤਜ਼ਾਰ ਵਿੱਚ ਨੇ ਕਿ ਮੇਰਾ ਪਾਪਾ ਅੱਜ ਨਹੀਂ ਤਾਂ ਕੱਲ੍ਹ, ਕਿਉਂਕਿ ਰਾਤ ਬਰਾਤੇ ਕੀਰਤਨ ਕਰਕੇ ਆਉਂਦਾ ਹੈ, ਆਏਗਾ ਜ਼ਰੂਰ, ਪਰ ਕੌਣ ਜਾਣੇ ਬੱਚਿਓ, ਤੁਹਾਡਾ ਪਾਪਾ ਦੁਬਾਰਾ ਨਹੀਂ ਆਏਗਾ। ਤੁਹਾਡਾ ਸਾਡਾ ਸਾਥ ਖਲੋਣਾ ਬਹੁਤ ਜ਼ਰੂਰੀ ਹੈ। ਮੈਂ ਬੇਨਤੀ ਕਰਾਂਗਾ।